ਤੇ ਉਧਰ ਫਰੀਦਕੋਟ ਵਿਚ ਇਕ ਡਾਕਟਰ ਤੇ ਇਲਾਜ ਵਿਚ ਅਣਗਹਿਲੀ ਵਰਤਣ ਦੇ ਦੋਸ਼ ਲੱਗੇ ਨੇ ਤੇ ਲੋਕਾਂ ਨੇ ਡਾਕਟਰ ਖਿਲਾਫ ਪ੍ਰਦਰਸ਼ਨ ਕਰਕੇ ਹੰਗਾਮਾ ਵੀ ਕੀਤਾ। ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਹਾਦਸੇ ਤੋਂ ਬਾਅਦ ਅਰਜੁਨ ਸਿੰਘ ਨਾਂ ਦੇ ਲੜਕੇ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਲੜਕੇ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਡਾਕਟਰ ਅਸ਼ਵਨੀ ਕੁਮਾਰ ਨੇ ਅਰਜੁਨ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਕੀਤਾ ਜਿਸ ਕਰਕੇ ਉਸ ਦੀ ਮੌਤ ਹੋਈ ਹੈ। ਲੜਕੇ ਦੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਡਾਕਟਰ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਡਾਕਟਰ ਅਸ਼ਵਨੀ ਕੁਮਾਰ ਦੀ ਡਿਊਟੀ ਸੀਗੀ ਜੀ ਉੱਥੇ, ਜਿਹਨੇ ਇਹਦੀ ਕੇਅਰ ਕਰਨੀ ਸੀਗੀ, ਪਰ ਉਹਨਾਂ ਨੇ 3 ਦਿਨ ਇਹਦੇ ਵੱਲ ਝਾਕੀ ਨਹੀਂ, ਸਿਰਫ ਇੱਕ ਟੈਬਲੇਟ ਦੇ ਜਾਂਦੇ ਸੀਗੇ, ਪੇਨ ਕਿਲਰ ਟੈਬਲੇਟ ਦੇ ਕੇ। ਜਦੋਂ ਕਿਸੇ ਨਾਲ ਗੱਲ ਕਰਦੇ ਸੀ ਬਾਈ ਜੀ ਤੁਸੀਂ ਹੋਰ ਇਲਾਜ ਕਰੋ, ਉਹ ਕਹਿੰਦੇ ਸੀ ਵੀ ਸਾਡੀ ਜ਼ਿੰਮੇਵਾਰੀ ਨਹੀਂ ਜੀ, ਦੂਸਰੇ ਡਾਕਟਰ ਦੀ ਜ਼ਿੰਮੇਵਾਰੀ ਆ। ਉਹਦੇ ਨਾਲ ਗੱਲ ਕਰਦੇ ਸੀ ਉਹ ਗਾਂ ਦੂਸਰੇ ਦੇ ਲਈ ਹੱਥ ਕਰ ਦਿੰਦਾ ਸੀ। ਤੁਸੀਂ ਕੀ ਚਾਹੁੰਦੇ ਆ ਕਿ ਅਸੀਂ ਚਾਹੁੰਦੇ ਹਾਂ ਜੀ ਜਿਹੜਾ ਡਾਕਟਰ ਅਸ਼ਵਨੀ ਕੁਮਾਰ ਆ ਉਹਨੂੰ ਤਾਂ ਸਸਪੈਂਡ ਕੀਤਾ ਜਾਵੇ ਜੀ, ਸਿੱਧਾ ਉਹਨੂੰ ਮੁਅੱਤਲ ਕੀਤਾ ਜਾਵੇ। ਉਹਨੂੰ ਉਹਦਾ ਹੱਕ ਹੀ ਨਹੀਂ ਇੱਥੇ ਜੋਬ ਕਰਨ ਦਾ, ਜਿਹੜਾ ਇੱਕ ਦੀ ਚੰਗੇ ਤੰਦਰੁਸਤ ਬੰਦੇ ਦਾ ਇਲਾਜ ਕਰਕੇ ਉਹਦੀ ਜਾਨ ਨਹੀਂ ਬਚਾ ਸਕਿਆ, ਉਹਨੂੰ ਕੀ ਹੱਕ ਆ ਲੋਕਾਂ ਦੇ ਹੋਰਾਂ ਦੀਆਂ ਜ਼ਿੰਦਗੀਆਂ ਖਰਾਬ ਕਰਨ ਦਾ। ਕੁਛ ਦਿਨ ਪਹਿਲਾਂ ਇੱਕ ਮੋਗੇ ਜ਼ਿਲ੍ਹੇ ਦੇ ਵਿੱਚ ਐਕਸੀਡੈਂਟ ਹੋਇਆ ਖੋਸੇ ਪਿੰਡ ਦਾ। ਉਹ ਇੱਕ ਇੱਥੇ ਉਹਨਾਂ ਨੇ ਆਪਣਾ ਮਰੀਜ਼ ਐਡਮਿਟ ਕਰਵਾਇਆ ਸੀਗਾ, ਉਹਦੀ ਸ਼ਾਇਦ ਕੋਈ ਇਲਾਜ ਪੱਖੋਂ ਜਾਂ ਕਿਸੇ ਪੱਖੋਂ ਕਨਫਰਮ ਨਹੀਂ ਹੋ ਰਿਹਾ, ਡੈਥ ਹੋ ਗਈ ਸੀਗੀ। ਅੱਜ ਡੈੱਡ ਬੋਡੀ ਲੈਣ ਆਏ ਸੀਗੇ, ਸੜਕ ਦੇ ਉੱਤੇ ਬੈਠੇ ਸੀਗੇ, ਸਾਨੂੰ ਇੰਟੀਮੇਸ਼ਨ ਆਇਆ ਸੀਗਾ, ਇਹਨਾਂ ਨੇ ਇੱਕ ਮੰਗ ਪੱਤਰ ਡਾਕਟਰ ਅਸ਼ਵਨੀ ਕੁਮਾਰ ਦੇ ਬਰਖਿਲਾਫ ਲਿਖ ਕੇ ਦਿੱਤਾ ਹੈ ਸਾਨੂੰ, ਅਸੀਂ ਉਹ ਡੀਸੀ ਸਾਹਿਬ ਨੂੰ ਭੇਜਾਂਗੇ ਅਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੋਈ ਜੋ ਡੀਸੀ ਸਾਹਿਬ ਵੱਲੋਂ ਸਾਨੂੰ ਲਿਖ ਕੇ ਆਊਗਾ ਜਾਂ ਮੈਡੀਕਲ ਅਫਸਰ ਨੂੰ ਲਿਖ ਕੇ ਭੇਜਣਗੇ ਉਹਦੇ ਮੁਤਾਬਕ ਕਾਰਵਾਈ।